ਸਰਵਿਜਿਕ ਪਿਆਨਕ ਸੜਕ ਹਾਦਸਾ ਵਾਪਰਿਆ ਐਤਵਾਰ ਨੂੰ ਸਵੇਰੇ ਪੌਣੇ 3 ਵਜੇ ਦੇ ਨੇੜੇ ਦਾ ਸਮਾਂ ਸੀ ਜਦੋਂ ਇਹ ਹਾਦਸਾ ਵਾਪਰਿਆ ਦੋ ਗੱਡੀਆਂ ਆਪਸ ਦੇ ਵਿੱਚ ਟਕਰਾ ਗਈਆਂ ਜਿਸ ਤੋਂ ਬਾਅਦ ਦੋ ਜਣਿਆਂ ਦੀ ਮੌਤ ਹੋ ਗਈ ਤੇ ਇੱਕ ਜਣੇ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ ਜਿਸ ਤੇ ਬਾਰੇ ਪੁਲਿਸ ਨੇ ਐਤਵਾਰ ਦੀ ਦੁਪਹਿਰ ਨੂੰ ਜਾਣਕਾਰੀ ਜਨਤਕ ਕੀਤੀ ਜਿਸ ਵਿੱਚ ਪੁਲਿਸ ਨੇ ਕਿਹਾ ਕਿ ਹਾਈਵੇ 15 ਦੇ ਉੱਤੇ ਉਹਨਾਂ ਨੂੰ ਸਵੇਰੇ ਪੌਣੇ 3 ਵਜੇ ਦੇ ਨੇੜੇ ਬੁਲਾਇਆ ਗਿਆ ਕੈਨੇਡਾ ਯੂ ਐਸ ਬਾਰਡਰ ਦੇ ਉੱਤਰ ਵੱਲ ਜਿੱਥੇ ਇਹ ਸੜਕ ਹਾਦਸਾ ਵਾਪਰਿਆ ਸੀ ਜਿੱਥੇ ਕਿ ਇੱਕ ਵਾਕਸਵੈਗਨ ਗੱਡੀ ਜੋ ਕਿ ਇੱਕ ਸੈਡਾਨ ਹੁੰ ਵੌਕਸਵੇਗਨ ਦੇ ਡਰਾਈਵਰ ਨੂੰ ਗ੍ਰਫਤਾਰ ਵੀ ਕੀਤਾ ਗਿਆ ਹੈ ਦਰਅਸਲ ਨਸ਼ਾ ਕਰਕੇ ਤੇਜ਼ ਰਫ਼ਤਾਰ ਵਿੱਚ ਗੱਡੀ ਚਲਾਉਣ ਦਾ ਇਹ ਮਾਮਲਾ ਜਾਪ ਰਿਹਾ ਹੈ ਜਿਸ ਸਵਾਰ ਪੁਲਿਸ ਨੇ ਕਿਹਾ ਕਿ ਤੇਜ਼ ਰਫ਼ਤਾਰ ਹੋਣ ਕਰਕੇ ਗੱਡੀਆਂ ਦੇ ਆਪਸ ਦੀ ਟੱਕਰ ਕਾਫੀ ਗੰਭੀਰ ਰੂਪ ਧਾਰ ਗਈ ਜਿਸ ਤੋਂ ਬਾਅਦ ਦੋ ਜਣਿਆਂ ਦੀ ਮੌਤ ਹੋ ਗਈ ਦਰਅਸਲ ਦੂਜੀ ਸੈਡਾਨ ਗੱਡੀ ਵਿੱਚ ਚਾਰ ਜਣੇ ਮੌਜੂਦ ਸਨ ਜਿਨ੍ਹਾਂ ਵਿੱਚੋਂ ਦੋ ਦੀ ਮੌਤ ਹੋਈ ਹੈ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ ਤਾਂ ਚੌਥੇ ਦੀ ਹਾਲਤ ਖਤਰੇ ਤੋਂ ਬਾਹਰ ਹੈ ਪਰ ਉਹ ਵੀ ਜ਼ਖਮੀ ਹੈ ਜਿਸਦੇ ਬਾਰੇ ਸਰੀ ਆਰਸੀਐਮਪੀ ਦੀ ਕ੍ਰਿਮੀਨਲ ਕੋਲੀਸ਼ਨ ਇਨਵੈਸਟੀਗੇਸ਼ਨ ਟੀਮ ਮਾਮਲੇ ਦੀ ਜਾਂਚ ਕਰ ਰਹੀ ਹੈ ਜਿਸਦੇ ਬਾਰੇ ਜੇਕਰ ਕਿਸੇ ਕੋਲ ਕੋਈ ਡੈਸ਼ ਕੈਮ ਫੁਟੇਜ ਹੋਵੇ ਤਾਂ ਪੁਲਿਸ ਦੇ ਨਾਲ ਵੀ ਜਾਣਕਾਰੀ ਸਾਂਝੀ ਕਰ ਸਕਦੇ ਨੇ